ਲੇ ਬੰਦਾ ਡਿਊਟੀ ਖੜੇਰਦੇ ਹੈ ਜੇ ਕੁੱਤਾ ਨਹੀਂ ਅੰਦਰ ਬੜੀ ਜਾ ਅੱਜ ਕੁੱਤਾ ਡਿਊਟੀ ਖੜੇਰਦੇ ਨੇ ਜੇ ਬੰਦਾ ਨਹੀਂ ਅੰਦਰ ਬੜੀ ਜਾ ਭਾਵੇਂ ਜਿੰਨੀ ਮਰਜੀ ਆ ਲਵਦੀ ਥੋੜੀ ਹੈ ਤਨਖਾਹ ਕਰੀਏ ਇਕੱਠਾ ਖੂਨ ਪਸੀਨਾ ਰੋਂਦੇ ਪਿਰਦੇ ਟੱਪੇ ਮਹੀਨਾ ਆਟਾ ਉੜਕਾ ਕੰਕਾ ਛੁਰਕਿਆ ਪਰੋਣਾ ਨਿਤ ਨਮੋਕੇ ਖੁਰਕਾ ਇਸਾ ਗੱਲਾਂ ਸ਼ਾਗ ਬਰਾਏ ਦੋ ਦਿਨ ਫੁਲਕੇ ਨੇਹੇ ਬਣਾਏ ਇਨੇ ਜਰੇ 12 ਕੁਸਨ ਸੰਗਠ ਹੋਰੀ ਜਿੰਦ ਉਹ ਲਈ ਪੇ ਦੋਰੀ ਦਿੱਤੇ ਜਾਤ ਦੇ ਮੂੰ ਦੰਬੂ ਕੰਨੇ ਬੱਟੀ ਲਤੇ ਚੱਬੂ ਮੋਇਓ ਚੁੱਪ ਕਰੋ ਬਾਹਰ ਕੋ ਜਾਇਜ ਹੈ ਹਾਂ ਬੂ ਬੱਜੇ ਸੰਝਾ ਦੇ ਸਤ ਐਸੀ ਮਾਰੀ ਉਹ ਲੈ ਮਤ ਖੋਲੇ ਭਿੱਤ ਦੇ ਨੇਰੀ ਸ਼ਾਈ ਆਈਏ ਸ਼ਹਿਰਾਤੀ ਜੁਆਈ ਖੋਲੇ ਭਿੱਤ ਦੇ ਨੇਰੀ ਸ਼ਾਈ ਆਈਏ ਸ਼ਹਿਰਾਤੀ ਜੁਆਈ ਤੋ ਅੰਦਰ ਬੱਜੇ ਦਾ ਹਾ ਸੈਂਕ ਕੰਨੇ ਬੰਦ ਸਾਰੇ ਬੈਂਕ ਸ਼ਾਮੀ ਦਾ ਟਾਈਮ ਹਾ ਅੰਦਰ ਬੱਜੇ ਦਾ ਹਾ ਸੈਂਕ ਕੰਨੇ ਬੰਦ ਸਾਰੇ ਬੈਂਕ ਇੱਧਰ ਉੱਧਰ ਦੌੜ ਨ ਸਾਰੇ ਅੱਖੀਆਂ ਲਗੂ ਲੇ ਪੇ ਤਾਰੇ ਤੋ ਕਦੂਆ ਥੋ ਕਦੂਆ ਗੰਡਾ ਕਦੂਆ ਲੈਤਾ ਕੁੰਡਾ ਡੰਡਾ ਲਗੀਆਂ ਚੀਜ਼ਾਂ ਮਲੇ ਇਕੱਠੀਆਂ ਹੋਣ ਚੀਜ਼ਾਂ ਢੋਣ ਲਈ ਸਭੇ ਲੱਭੇ ਕੱਖੇ ਸੱਜੇ ਖੱਬੇ ਚੰਗੇ ਭਲੇ ਕੀ ਪਈ ਗਏ ਰਫੜ ਜਾਂਦੇ ਪੌਣ ਲਈ ਪੇ ਤਫੜ ਚੁੱਪ ਕਰਮ ਹੋ ਜਾ ਹੈ ਜੀ ਕਵੀ ਤੇ ਕਵਿਤਾ ਦੇ ਸਾੜੇ ਇਸ ਸੰਕ ਵਿੱਚ ਅਸ ਜਿਸ ਕਵੀ ਕਰਨਾਂ ਤੁੰਦੀ ਮਲਾਟੀ ਕਰਵਾ ਕਰਨੇ ਆ ਉਹ ਕਿਸੇ ਤਾਰੂਫ ਦੇ ਮੁਹਤਾਜ ਨਹੀਂ ਹਨ ਜਿਸ ਵੇਲੇ ਵੀ ਮੰਚ ਉੱਪਰ ਆਉਂਦਣ ਤੇ ਲੋਕ ਹੁਣੇ ਹੀ ਦੇਖੀਏ ਪਹਿਲਾ ਗਾਸਨ ਲਈ ਪਉਂਦੇ ਇਹ ਨਹੀਂ ਹੁੰਦਾ ਭਾਈ ਹੁਣੇ ਕੋਈ ਕਪੜੇ ਛਾਲ ਨਹੀਂ ਲਾਏ ਦੇ ਜਾਂ ਸਿਰ ਨਹੀਂ ਬਾਏਦਾ ਬੜੇ ਅੱਛੇ ਨੇ ਉਹ ਚਾਰਕੀ ਨਹੀਂ ਆਣਾ ਬੜੇ ਖੂਬਸੂਰਤ ਨੇ ਪਰ ਇਹ ਆ ਭਾਈ ਜਿਹੜੀ ਕਲਮ ਆਪਣੀ ਹੈ ਉਹ ਹਾਸੇ ਵਾਂਗੂ ਪਰ ਚਲਾਂਦੇ ਨੇ ਪੇਸ਼ੇ ਤਮਾ ਇੱਕ ਬੜੇ ਅੱਛੇ ਇੰਜੀਨੀਅਰ ਰਹਿ ਚੁੱਕੇ ਦੇ ਨੇ ਔਰ AWE ਦੇ ਅਹੁਦੇ ਥਮਾ ਰਿਟਾਇਰ ਹੋਏ ਦੇ ਨੇ ਮੇਰੀ ਮੁਰਾਦ ਹੈ ਵੀ ਇਹ ਸ਼ਰਮਾ ਔਰ ਸਾਡੇ ਕੰਨ ਨਾ ਕਟੂਏ ਦੇ ਰੋਹਣੇ ਵਾਲੇ ਨੇ ਇਹਦੇ ਨਾਲ ਗੱਲਬਾਤ ਕਰਨਿਆ ਤਾਂ ਸ਼ਰਮਾ ਜੀ ਇਸ ਕਾਰਜਕ੍ਰਮ ਚ ਤੁੰਦਾ ਸਵਾਗਤ ਹੈ ਧੰਨਵਾਦ ਮਾਰਾ ਬਹੁਤ ਬਹੁਤ ਸ਼ੁਕਰੀਆ ਸਿਰਫ ਤੁਸੀਂ ਵਿਅੰਗ ਗਾ ਲਿਖਿਆ ਜਾਂ ਵੀ ਹੋਰ ਵੀ ਕੁਦਾ ਕਲਮ ਕਲਮ ਚਲਾਈ ਆ ਗਜ਼ਲ ਲਿਖਣ ਦੀ ਕੋਸ਼ਿਸ਼ ਕੀਤੀ ਸੀ ਤੇ 1980 ਚ ਇੱਕ ਬੜਾ ਵੱਡਾ ਮਸ਼ਹਰਾ ਚਲਾ ਕਰਦਾ ਹਾ ਅਖਨੂਰ ਚ ਸੈਮੀਨਾਰ ਹੋ ਰਹਾ ਉਹਦੇ ਬੇਦਬਾਲ ਦੀਪ ਉਹ ਬੈਠੇ ਦੇ ਮੈਂ ਗਜ਼ਲ ਪੜੀ ਤੇ ਸਾਰਿਆਂ ਕਿ ਵਾਹ 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 ਕੀ ਬਾਤ ਹੈ ਦੀਪ ਸਾਹਿਬ ਵਾਲੇ ਗਜ਼ਲ ਮੀ ਦੱਸਿਓ ਤੇ ਮੈਂ ਬੜਾ ਖੁਸ਼ ਹੋਆ ਮੈਂ ਉਹਨ ਕਮਸ਼ੀਟ ਸ਼ਮੀ ਟਾਈਮ ਚ ਛਪੀਆਂ ਨਹੀਂ ਉਹਦੇ ਡੋਗਰੀ ਪੇ ਸ਼ਬਦ ਹਾ ਉਹਨੇ ਲੈਤੀ ਮੇਰੇ ਸਾਹਮਣੇ ਸਾਹਮਣੇ ਟੋਟੇ ਚਾਰ ਕਰੀ ਤੇ ਮੈਂ ਇਹ ਕਿ ਬਣਿਆ ਮਾਰੇ ਅਖਲੇ ਵੀ ਇਹ ਗਜ਼ਲ ਛੱਡੀ ਦੇ ਜੇ ਤੂੰ ਆਪਣੀ ਪਛਾਣ ਬਣਾਣੀ ਹੈ ਅੱਜ ਕੋਲਾ ਤੂੰ ਹਾਸੇ ਬਿੰਗ ਲਿਖ ਇਹਦੇ ਚ ਵਿੰਗ ਆਈ ਹੈ ਇਹ ਗਜ਼ਲ ਨਹੀਂ ਰਹੀ ਬਸ ਮਿਓ ਚੀ ਬਗੜਲੇ ਤਾਂ ਅੱਜ ਮੈਂ ਉਹਨੇ ਲਫਜ਼ਾਂ ਕਨੇ ਇੱਥੇ ਪੁੱਜੇ ਮਾਰੇ ਮੈਂ ਆਈ ਤੱਕ ਹਾਸੇ ਬਿੰਗ ਲਿਖਿਆ ਅੱਛਾ ਤੋ ਪਹਿਲਾ ਹੋਰ ਕੁ ਤੁੰਦੇ ਕਰਨਾ ਕੋਈ ਗੱਲਬਾਤ ਕਰਚਾ ਤੇ ਕੋਈ ਹਾਸੇ ਬਿੰਗ ਦੀ ਆਪਣੀ ਕੋਈ ਸ਼ੈਲ ਜੇ ਰਚਨਾ ਸਾਡੇ ਦੇਖਣ ਵਾਲੇ ਸੁਣਾਈ ਦਿਓ ਦੇਖੋ ਜੀ ਹਾਸੇ ਬਿੰਗ ਜਵਾਨੀ ਤੇ ਚਲੋ ਕੋਸ਼ਿਸ਼ ਕਰਨਾ ਮੈਂ ਕੋਈ ਪੁਰਾਣੀ ਰਚਨਾ ਇਆਂ ਕਿਤਾਬਾਂ ਮੇਰੀਆਂ ਤੁਹਾਡੀ ਗੁੱਡ ਵਿਸ਼ਸ ਕਰੇ ਮੇਰੀਆਂ 12 ਕਿਤਾਬਾਂ ਦੀ 12ਵੀਂ ਹੋਣਾ ਇਹ ਖੰਟਾਲੂ ਅੱਛਾ ਤੇ ਉਹ ਬੱਚੇ ਦੀ ਕਿਤਾਬ ਹੈ ਬਾਲ ਸਹਿਤਾ ਹਾਲਾਂਕਿ ਮੈਂ ਬਾਲ ਸਹਿਤ ਪੁਰਸਕਾਰ ਮਿਲ ਚੁੱਕੇ ਦਾ ਬਿਲਕੁਲ ਲੇਕਿਨ ਉਹਦੇ ਬਾਅਦ 20 ਮਿਲੇ ਆ ਅੱਛਾ ਇੱਕ ਮਲੇ ਸਰ ਮੈਂ ਤੁਹਾਨੂੰ ਦੱਸੀ ਦਿਆਂ ਕਿ ਸ਼ਰਮਾ ਸਾਹਿਬ ਦੀ ਬਾਲ ਸਹਿਤ ਜਿਹੜਾ ਪੁਰਸਕਾਰ ਹੈ ਸਹਿਤ ਅਕੈਡਮੀ ਦਾ 2019 ਦਾ ਉੱਥੋਂ ਹੀ ਚੁੱਕੇ ਦਾ ਔਰ ਸਹਿਤ ਅਕੈਡਮੀ ਅਵਾਰਡ ਵਜੇਤਾ ਵੀ ਹੈ ਅੱਛਾ ਚਲੋ ਮਾਰੇ ਸਭ ਤੁਹਾਡੀ ਕੀ ਮਿਹਰਬਾਨੀ ਹੈ ਤੋ ਉਹਦੇ ਬਾਅਦ ਵੀ ਮੈਂ ਕਿਤਾਬ ਲਿਖੀ ਤਾਂ ਕਿ ਕੋਈ ਇਹ ਟਾਂਟ ਨਹੀਂ ਕਰੇ ਕਿ ਬਸ ਅਵਾਰਡ ਵਾਸਤੇ ਕਿਤਾਬ ਲਿਖਣੀ ਹੈ ਆਇਆ ਆਖ ਨੇ ਜਾਂਦਾ ਬਈ ਦੌੜ ਜਿਹੜੀ ਐ ਬਈ ਅਵਾਰਡ ਤੱਕ ਅਵਾਰਡ ਤੱਕ ਐਸੀ ਗੱਲ ਕੋਈ ਨਹੀਂ ਆਪਣਾ ਸ਼ੌਕ ਜਾਰੀ ਹੈ ਉਹ ਕਿਤਾਬ ਮੇਰੀ ਖੰਟਾਲੂ ਆਈ ਹੈ ਕਈ ਪਤਾ ਨਹੀਂ ਖੰਟਾਲੂ ਹੁੰਦਾ ਕੀ ਹੈ ਉਹਦਾ ਟਾਈਟਲ ਖੰਟਾਲੂ ਬੜਾ ਪਿਆਰਾ ਟਾਈਟਲ ਉਹਦਾ ਤੇ ਮੈਂ ਫਿਰ ਮੈਨੂੰ ਸੁਣਾਣਾ ਬਈ ਖੰਟਾਲੂ ਹੁੰਦਾ ਮोटा-ਮੋਤੀ ਆ ਜਾਂ ਜੰਗਲੀ ਮੋਤੀ ਆ ਜੀ ਜੀ ਤੋ ਇਸ ਤਰੀਕੇ ਨਾਲ ਮੇਰੀਆਂ ਮਲੇ 12ਵੀਂ ਕਿਤਾਬ ਆਈ ਹੈ ਚਲੋ ਉਹਨਾਂ ਵਿੱਚ ਤੁਸੀਂ ਇੱਕ ਪ੍ਰਾਣੀ ਕੋ ਰਚਣਾ ਸੁਣਾਣਾ ਅੱਜ ਦਾ ਤੇ ਮੌਲੇ ਕਿ ਚਾਰ ਲੈਣਾ ਸੁਣਾਉਣ ਕੀ ਆ ਪਹਿਲੇ ਡਿਊਟੀ ਬੰਦਾ ਖੜੇਰਦੇ ਹੈ ਪਹਿਲੇ ਬੰਦਾ ਡਿਊਟੀ ਖੜੇਰਦੇ ਹੈ ਜੇ ਕੁੱਤਾ ਨਹੀਂ ਅੰਦਰ ਬੜੀ ਜਾ ਅੱਜ ਕੁੱਤਾ ਡਿਊਟੀ ਖੜੇਰਦੇ ਨੇ ਜੇ ਬੰਦਾ ਨਹੀਂ ਅੰਦਰ ਬੜੀ ਜਾ ਸਨੇ ਜੋੜੇ ਲੋਕ ਆ ਪਹਿਲੇ ਜੋੜਾ ਖੋਲੀਏ ਲੋਕ ਬੁੰਦੇ ਭੁਈਆਂ ਅੱਜ ਸਨੇ ਬੂਟੇ ਮਾਣੂ ਉੱਪਰ ਕੇ ਚੜੀ ਜਾ ਤੋ ਇਸ ਤਰੀਕੇ ਮੈਂ ਬੰਗਲਿਹਦਨ ਇੱਕ ਤੁਸੇ ਕਵਤਾ ਸੁਣਾਉਣਾ ਬੜੀ ਪ੍ਰਾਣੀ ਦੇਖੋ ਇਨਸਾਨ ਆਪਣੀ ਬੇਤਨ ਕੰਨ ਆਪਣੀ ਤਰਫਾ ਕੰਨ ਨਹੀਂ ਰਹਿਦਾ ਤੇ ਫਿਰ ਜਿਹੜਾ ਲਿਮਟਿਡ ਤਰ੍ਹਾਂ ਕੁਸੇ ਦੀ ਹੋਵੇ ਤੇ ਉਪਰ ਹੋਵੇ ਕੰਜੂਸ ਮੱਖੀ ਚੂਸ ਤੇ ਉਹਦਾ ਕੀ ਹੁੰਦਾ ਆਖਰੀ ਤਰੀਕੇ ਜਿਹੜੇ 20 25 ਤਰੀਕ ਆਂਦੀ ਆ ਉਹ ਸੁਣੋ ਮਾਰੇ ਬੜੀ ਪ੍ਰਾਣੀ ਕਵਤਾ ਦੇ ਜਵਾਨੀ ਜਿਆਦਾ ਮੇਗੀ ਆਉਂਦੇ ਆਦਾ ਭਾਵੇਂ ਜਿੰਨੀ ਮਰਜੀ ਆ ਲਬਦੀ ਥੋੜੀ ਹੈ ਤਨਖਾਹ ਕਰੀਏ ਇਕੱਠਾ ਖੂਨ ਪਸੀਨਾ ਰੋਂਦੇ ਪਿਰਦੇ ਟੱਪੇ ਮਹੀਨਾ ਆਟਾ ਉੜਕਾ ਕੰਗਾ ਛੁਰਕਾ ਪਰੋਣਾ ਨਿਤ ਨਮੋਖੇ ਖੁਰਕਾ ਇਸਾ ਗੱਲਾਂ ਸ਼ਾ ਘਬਰਾਏ ਦੋ ਦਿਨ ਫ ਇਕ ਦਿਨ ਇਹ ਸਲਾਬ ਬਣਾਈ ਮੁੱਕੇ ਰੋਜੇ ਦੀ ਲੜਾਈ ਹੋਈ ਅਜ ਤਰੀਕ 20 ਲਗੇ 10 ਦਿਨ ਪਾਣੀ ਪੀ ਉਹ ਸੌਦਾ ਅਸੀਂ ਵੀ ਨਹੀਂ ਨਵਾਣਾ ਨਾਗੇ ਕੁਸੇ ਦੇ ਮੰਗਣ ਜਾਣਾ ਅੰਦਰ ਖਾਣੇ ਖੁੱਲਾ ਚਾਰ ਚਾਈ ਹਸਤੇ ਕੈ ਇੰਤਾਰ ਤੂੰ ਮਸਿਆ ਦੋ ਤਿਹਾਰੇ ਕੱਟੇ ਦੰਦ ਹੋਣ ਲਈ ਪੇ ਖੱਟੇ ਚਾਰ ਖਾਈ ਖਾਈਆ ਮਸਿਆ ਦੋ ਤਿਹਾਰੇ ਕੱਟੇ ਦੰਦ ਹੋਣ ਲਈ ਪੇ ਖੱਟੇ ਜਦੋਂ ਆਈ ਤਰੀਕ 22 ਅੱਖ ਨੂੰ ਬੋੜੀ ਦੇਵਾ ਮਾਈ ਅੰਦਰ ਖਾਣੇ ਨੇ ਹਾ ਜ਼ਹਿਰ ਰਾਤਾਂ ਲੰਘਣ ਗਿਨੀ ਐ ਫੇਰ ਇਨੇ ਚਰੇ 12 ਕੁਸਨ ਸੰਗਲ ਠੋਰੀ ਇਨੇ ਚਰੇ 12 ਕੁਸਨ ਸੰਗਲ ਠੋਰੀ ਜਿੰਦੋਂ ਹੋ ਲਈ ਪੇ ਦੋਰੀ ਦਿੱਤੇ ਜਾਉਤੇ ਦੇ ਮੂੰਹ ਦੰਬੂ ਕੰਨੇ ਬੱਟੀ ਲੱਤੇ ਚੱਬੂ ਮੋਇਓ ਚੁੱਪ ਕਰੋ ਬਾਹਰ ਕੋ ਜਾਇਜ ਹੈ ਹੈ ਇਨੇ ਚਰੇ 12 ਕੁਸਨ ਸੰਗਲ ਠੋਰੀ ਜਿੰਦੋਂ ਹੋ ਲਈ ਪੇ ਦੋਰੀ ਦਿੱਤੇ ਜਾਉਤੇ ਦੇ ਮੂੰਹ ਦੰਬੂ ਕੰਨੇ ਬੱਟੀ ਲੱਤੇ ਚੱਬੂ ਬੱਜੇ ਸੰਝਾਂ ਦੇ ਸੱਤ ਐਸੀ ਮਾਰੀ ਓਲਾ ਮਤ ਖੋਲੇ ਭਿੱਤ ਦੇ ਨੇਰੀ ਸ਼ਾਈ ਆਈ ਗਈ ਸ਼ਹਿਰਾਤੀ ਜੁਵਾਈ ਖੋਲੇ ਭਿੱਤ ਦੇ ਨੇਰੀ ਸ਼ਾਈ ਆਈ ਗਈ ਸ਼ਹਿਰਾਤੀ ਜੁਵਾਈ ਤੋ ਅੰਦਰ ਵੱਜੇ ਦਾ ਹਾਂ ਸੈਂਕ ਕਰਨਾ ਬੰਦ ਹੈ ਸਾਰੇ ਬੈਂਕ ਸ਼ਾਮੀ ਦਾ ਟਾਈਮ ਹਾਂ ਅੰਦਰ ਵੱਜੇ ਦਾ ਹਾਂ ਸੈਂਕ ਕਰਨਾ ਬੰਦ ਹੈ ਸਾਰੇ ਬੈਂਕ ਇੱਧਰ ਉੱਧਰ ਦੌੜਨ ਸਾਰੇ ਅੱਖੀਆਂ ਲਗੂ ਲੈ ਪੇ ਤਾਰੇ ਤੋ ਕਤਵਾ ਥੋਮ ਕਤਵਾ ਗੰਡਾ ਕਦਵਾ ਲੇਤਾ ਕੁੰਡਾ ਡੰਡਾ ਲਗੀਆਂ ਚੀਜ਼ਾਂ ਮਲੇ ਕਠੀਆਂ ਹੁਣ ਕਤਵਾ ਥੋਮ ਕਤਵਾ ਗੰਡਾ ਕਦਵਾ ਲੇਤਾ ਕੁੰਡਾ ਡੰਡਾ ਕਦੂ ਫੜਿਆ ਸਾਲਾ ਨੋਟ ਦਿੱਤੀ ਖੱਡ ਪਸਾਈਆ ਕੋਟ ਤੋ ਚੀਜ਼ਾਂ ਢੋਂ ਲਗੀ ਪੇ ਸਭੇ ਲਬੇ ਕੱਖੀ ਸੱਜੇ ਖੱਬੇ ਚੀਜ਼ਾਂ ਢੋਲੀ ਪੇ ਸਭੇ ਲਬੇ ਕੱਖੀ ਸੱਜੇ ਖੱਬੇ ਚੰਗੇ ਭਲੇ ਕੀ ਪਈ ਗਏ ਰ ਫੜ ਜਾਂਦੇ ਪੌਣ ਲੀ ਪ ਚੁੱਪ ਕਰਮ ਹੋਇਆ ਹੈ ਜੀ ਤੂੰ ਜਾਤੇ ਪਹੁੰ ਲੇ ਫੇ ਧਫੜ ਬੱਜਾ ਇੱਕ ਦੂਆ ਕੀ ਆਲਾ ਉਹ ਮੋੜਿਆ ਬੀ ਲਿ ਆਵਿਆਂ ਬੱਜੇ ਇੱਕ ਦੂਆ ਕੀ ਆਲਾ ਜੀਜਾ ਹੋਈ ਪਿਆ ਕਿਸ਼ਕਾਲਾ ਅੱਧਾ ਖੱਲੋ ਸੁਕਾ ਲਉ ਦਿਖੇ ਬਖਲਾ ਉਹ ਇਹ ਟਾਉ ਜਾਉ ਤਰੋਂ ਤੇ ਕਰਲਾਂ ਜਈਏ ਜੀਜੇ ਗੱਲ ਸੁਣਾਣ ਆਖਣ ਜੀਜਾ ਹੁਣ ਨਹੀਂ ਜਾਇਆ ਸੰਦਾ 31 ਤਰੀਕ ਟਵਾਇਆ ਆਖਣ ਜੀਜਾ ਹੁਣ ਨਹੀਂ ਜਾਇਆ ਸੰਦਾ 31 ਤਰੀਕ ਪਾਇਆ ਤੋਤੀ ਵਿਚਾਰੀ ਉਹ ਇਹ ਚਿੱਠਾ ਆਈਏ ਜਰਾ ਘਸਾਰਾ ਦਿੱਤਾ ਧੀ ਵਿਚਾਰੀ ਉਹ ਇਹ ਚਿੱਠਾ ਆਈਏ ਜਰਾ ਘਸਾਰਾ ਦਿੱਤਾ ਆਖਿਆ ਮਾਤਾ ਜੀ ਐਵੇਂ ਨਹੀਂ ਕਬਰਾਓ ਕਿਤੇ ਬੇਮੇ ਕੋਣੀ ਜਾਓ ਪਹਿਲੇ ਸੁਣ ਲੋ ਮੇਰੀ ਗੱਲ ਇਨੇ ਹੀ ਉਹ ਆਹ ਜਾ ਕੱਲ ਇਸ ਲਈ ਕੱਖ ਨਹੀਂ ਖਾਣਾ ਮਿੰਮੀ ਇੰਹਾਂ ਗਏ ਸਹੀ ਜਾਣਾ ਸੁਣੀ ਗੱਲ ਤੇ ਫਿਰਿਆ ਸਾ ਅੱਖਾਂ ਨੂੰ ਸ਼ੁਕਰ ਮੁਕਾਫਾ ਉਹ ਬੜੀਆਂ ਠੀਕ ਏ ਸੁਣੀ ਗੱਲ ਤੇ ਫਿਰਿਆ ਸਾ ਅੱਖਾਂ ਨੂੰ ਸ਼ੁਕਰ ਮੁਕਾਫਾ ਕੱਟੀ ਰਾਤ ਸੁਖੇ ਦੀ ਵੱਡੀ ਟੱਬਰ ਲਈ ਨਾਉਨਸਟਾਪ ਗੱਡੀ ਤੋਬਾ ਤੋਬਾ ਕਰਦੇਗੇ ਸੋਚਣ ਇੱਥੇ ਫਸੇ ਕਨੇ ਤੋ ਬਾਰਾ ਮਾਰਨ ਜਿਹੜੇ ਫੌੜ ਅੰਦਰ ਲੇਖਾ ਉਹਦਾ ਚੌੜ ਮੱਥਾ ਉੱਚੇ ਘਰ ਨੇ ਲਾਣਾ ਤੇ ਲਾਣਾ ਤੇ ਬੇਮਕਾ ਨਹੀਂ ਜਾਣਾ ਜੇ ਲੈ ਬਈ ਜਾ ਜੇ ਲੈ ਹੋਈ ਜਾ 20 ਤਰੀਕ ਤੇ ਬਈਏ ਘਰ ਕੇ ਗਾਉ ਗੀਤ ਤੇ ਪਈ ਜਾ ਜੇ ਕਹੇ ਮਜਬੂਰੀ ਤੇ ਲੈ ਜਾ ਘਰ ਆ ਬੰਨੀਆਂ ਚੋਰੀ ਕਰਨੀ ਸ਼ਰਮ ਨਹੀਂ ਉਪਰੇ ਘਰ ਖਾਓ ਫੁਲਕੇ ਕਰਨੇ ਚਾਰ ਤੇ ਜਿਹੜੀ ਕੁਸੇ ਦੇ ਕੰਮ ਨਹੀਂ ਆਈ ਪਈ ਗੀ ਚੁੱਲੀ ਨਹੀਂ ਕਮਾਈ ਪਈ ਗੀ ਚੁੱਲੀ ਨਹੀਂ ਕਮਾਈ ਬਹੁਤ ਬਹੁਤ ਸ਼ੁਕਰੀਆ ਸ਼ਰਮਾ ਸਾਹਿਬ ਤੁੰਦਾ ਔਰ ਫੋਨ ਵੀ ਤੁੰਦਾ ਭਜਣ ਲਗੀ ਪਿਆ ਤਾਂ ਬਹੁਤ ਬਹੁਤ ਤੁੰਦਾ ਸ਼ੁਕਰੀਆ ਇਹੇ ਸ਼ਰਮਾ ਸਾਹਿਬ ਬੀਜੇ ਸ਼ਰਮਾ ਔਰ ਜਿਹੜੇ ਕਠੂਆ ਰਹੁੰਦੇ ਨੇ ਔਰ ਪੇਸ਼ੇਧਾ ਮਾ ਇੰਜੀਨੀਅਰ ਹੈ ਔਰ ਜੀ ਹਮੇ ਪਹਿਲਾ ਆਖਿਆ ਕਿ ਵਿਅੰਗ ਉਪਰ ਬਹੁਤ ਅੱਛੀ ਚਾਲੀ ਕਰਨਾ ਹੈ ਇੱਕ ਕਲਮ ਚਲਾਉਂਦੇ ਨੇ ਅਗਲੇ ਅੰਗ ਚ ਕੁਸਾ ਹੋਰ ਕਵੀ ਕਰਨਾ ਹੈ ਤੁੰਦੀ ਮਲਾਟੀ ਕਰਵਾਗੇ ਮਿਗੀ ਦਿਓ ਇਜਾਜ਼ਤ ਨਮਸਕਾਰ